ਜੀ ਅਫਸਰ, ਹਕੂਮਤ ਦੇ ਨਸ਼ੇ ਤੇ ਫੌਜਦਾਰੀ ਦੇ ਗਰੂਰ ਵਿੱਚ ਅਵਾ ਤਵਾ ਬੋਲੀ ਜਾ ਰਿਹਾ ਸੀ। ਅੱਗੋਂ ਸਿੰਘਣੀ ਕਹਿੰਦੀ, ਉਹ ਹੰਕਾਰੀਆ ਬਕਵਾਸ ਨਾ ਕਰ, ਰੱਬ ਤੋਂ ਡਰ, ਜੇ ਭਲੀ ਚਾਹੁੰਦਾ ਤਾਂ ਆਪਣਾ ਰਸਤਾ ਫੜ, ਜੋ ਤੂੰ ਸੋਚਦਾ ਉਹ ਹੋਣਾ ਨਹੀਂ। ਮੈਂ ਅਣਖ ਵਾਲੇ ਪੰਥ ਵਿੱਚ ਪੈਦਾ ਹੋਈਆਂ, ਅਣਹੋਣੀ ਤਾਂ ਹੋਣੀ ਹੋ ਸਕਦੀ ਆ, ਪਰ ਧਰਮੀ ਧਰਮੋਂ ਨਹੀਂ ਡੋਲ ਸਕਦੇ। ਪੱਥਰ ਭਾਵੇਂ ਵਿੱਚ ਜ਼ਮੀਨ ਦੇ ਗਲ ਕੇ ਹੋ ਜੇ ਮਿੱਟੀ ਵੇ, ਧੋਣ ਲੱਗਿਆਂ ਕਾਲੀ ਕੰਬਲੀ ਚਾਹੇ ਹੋ ਜੇ ਚਿੱਟੀ ਵੇ, ਸਾਡੇ ਗੁਰੂ ਦਾ ਹੁਕਮ ਆ, ਧਰ ਪਈ ਹੈ ਧਰਮ ਨਾ ਛੋਡੀਏ। ਬੀਬੀ ਦੀਪ ਕੌਰ ਇਸ ਤਰ੍ਹਾਂ ਆਖਦੀ ਹੈ।
ਯਾਰ ਮੈਂ ਤਾਂ ਕਰਮ ਨੂੰ ਲਾਉਣਾ ਨੀ ਸਿਰ ਜਾਵੇ ਤਾਂ ਜਾਵੇ ਪਰ ਮੈਂ ਤਾਂ ਕਰਮ ਨੂੰ ਲਾਉਣਾ ਨੀ ਨਜ਼ਰੀਆ ਦੱਸਿਆ ਤਾਂ ਫੌਜੀ ਅਫਸਰ ਨੇ ਆਖਿਆ ਸਿੱਖ ਤਾਂ ਬਾਗੀ ਨੇ। ਅੱਗੋਂ ਦੀਪ ਕੌਰ ਨੇ ਜਵਾਬ ਦਿੱਤਾ ਨਹੀਂ ਫੌਜਦਾਰਾ, ਸਿੱਖ ਤਾਂ ਅਮਨ ਪਸੰਦ ਨੇ, ਉਹ ਚਾਹੁੰਦੇ ਨੇ ਮਨੁੱਖਤਾ ਨਾਲ ਪਿਆਰ ਸਰਬੱਤ ਦਾ ਭਲਾ ਹੋਵੇ। ਪਰ ਫੌਜਦਾਰਾ ਤੁਹਾਡੇ ਰਾਜ ਵਿੱਚ ਗੱਲ ਹੀ ਉਲਟ ਹੈ, ਚੜ ਕੇ ਘੋੜਿਆਂ ਤੇ ਟੋਲੇ ਪੁਲਸੀਆਂ ਦੇ ਫਿਰਦੇ, ਦੇਸ਼ ਅੰਦਰ ਮਾਰੋ ਮਾਰ ਕਰਦੇ, ਵਾਦਸ਼ਾਹੀਆਂ ਵੀ ਗਰਕ ਹੋ ਜਾਂਦੀਆਂ ਨੇ, ਹਾਕਮ ਜਦੋਂ ਬਲਵੰਤ ਹੰਕਾਰ ਕਰਦੇ, ਤੁਹਾਡੀ ਜ਼ੁਲਮੀ ਹਕੂਮਤ ਦਾ ਅੰਤ ਤੇ ਅਖੀਰ ਆ ਗਿਆ। ਬੀਬੀ ਦੀਪ ਕੌਰ ਇਸ ਤਰ੍ਹਾਂ ਆਖਦੀ ਹੈ। ਬੰਦ ਤੇ ਤੁਸੀਂ ਖੁਦਾਈ ਦਾਵੇ, ਨਾਂ ਕਰ ਰੱਬ ਨੂੰ।
ਕੌਮ ਦੀ ਦੇਸ਼ ਕੌਮ ਦੀ ਕਰਨੀ ਐ ਨਿਸ਼ਾਨਾ ਸਿੱਖਾਂ ਦਾ ਰਾਖੀ ਦੇਸ਼ ਕੌਮ ਦੀ ਅੱਤ ਵੇਖ ਕੇ ਥੋਡੀ ਸਤਿਗੁਰ ਕਲਗੀ ਧਰ ਦੀ ਸੋਡੀ ਚੁੱਕੀ ਅੱਤ ਵੇਖ ਕੇ ਥੋਡੀ ਸਤਿਗੁਰ ਕਲਗੀ ਧਰ ਦੀ ਸੋਡੀ ਬਣ ਕੇ ਹਿੰਦ ਦੇਸ਼ ਦੇ ਮੋਢੀ ਹਿੰਦ ਦੇਸ਼ ਦੇ ਮੋਢੀ ਮਿੱਟੀ ਖਾਰ ਮੁਗਲਾਂ ਦੀ ਹੁਣ ਤਾਂ ਖਤਮ ਹੋਣ ਤੇ ਬੀਬੀ ਦੀਪ ਕੌਰ ਨੂੰ ਹੱਥ ਪਾਉਣ ਵਾਸਤੇ ਉੱਠਿਆ ਅੱਗੋਂ ਦੀਪ ਕੌਰ ਵੰਗਾਰੀ ਉਹ ਪਾਪੀਆ ਤੂੰ ਜ਼ਬਾਨ ਨਾਲ ਨਹੀਂ ਸਮਝਿਆ ਹੁਣ ਮੈਂ ਤੈਨੂੰ ਕਿਰਪਾਨ ਦੇ ਨਾਲ ਸਮਝਾਵਾਂਗੀ ਡੰਡਾ ਪੀਰ ਹੈ ਵਿਗੜਿਆ ਤਿਗੜਿਆਂ ਦਾ ਜ਼ਾਲਮਾ ਯਾਦ ਰੱਖ ਚੱਲੀ ਹੋਈ ਬੰਦੂਕ ਦੀ ਗੋਲੀ ਤੈਨੂੰ ਛੱਡਦੀ ਆ ਤਾਂ ਛੱਡ ਦੇਵੇ ਕਮਾਨ ਤੋਂ ਛੁੱਟਾ ਤੀਰ ਤੈਨੂੰ ਬੇਸ਼ੱਕ ਛੱਡ ਦੇਵੇ ਪਰ ਹੰਕਾਰੀਆ ਕਲਗੀ ਧਰ ਦੀ ਸਪੁੱਤਰੀ ਤੈਨੂੰ ਜਿਉਂਦਾ ਨਹੀਂ ਛੱਡੇਗੀ ਸਿੰਘਣੀ ਦੇ ਮੱਥੇ ਚੋਂ ਨਿਕਲੀਆਂ ਜੋਸ਼ ਦੀਆਂ ਲਾਟਾਂ ਉਹਦੀਆਂ ਅੱਖਾਂ ਚੋਂ ਝੜੇ ਗੈਰਤ ਦੇ ਚੰਗਿਆੜੇ ਉਹਦੇ ਜਿਸਮ ਨੇ ਮਾਰਿਆ ਅਣਖ ਦਾ ਭੂਕਾ ਉਹਦੇ ਹੱਥਾਂ ਨੇ ਕੀਤੀ ਹਰਕਤ ਮਿਆਨ ਵਿੱਚੋਂ ਖਿੱਚ ਕੇ ਤੇਗ ਛੱਡ ਕੇ ਸਤਿ ਸ੍ਰੀ ਅਕਾਲ ਦਾ ਜਕਾਰਾ ਸਿੰਘਣੀ ਨੇ ਉਹ ਬੁੱਚੜ ਦਰਿੰਦੇ ਦੁਸ਼ਤ ਹੱਲਾ ਹੈ ਇਉਂ ਬੋਲਿਆ ਬੜੀ
ਗੁਰੂ ਸਿੰਘ ਜੀ ਮਹਾਰਾਜ ਨੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਖਾਲਸਾ ਪੰਥ ਸਾਜਿਆ। ਜਦੋਂ ਜੰਗ ਆਜ਼ਾਦੀ ਦੀ ਸ਼ੁਰੂ ਕੀਤੀ, ਦਸਵੇਂ ਗੁਰਾਂ ਨੇ ਬੱਚਾ ਆਨੰਦਪੁਰ ਦੇ ਨਾਨਕ ਨਾਮ ਲੇਵਾ ਦੇਸ਼ ਭਗਤ ਯੋਧੇ ਘਰ ਦੇ ਕਾਰ ਵਿਹਾਰਾਂ ਨੂੰ ਛੱਡ ਤੁਰਦੇ ਮਾਝੇ ਦੇ ਸਿੱਖ ਯੋਧਿਆਂ ਦਾ ਜਥਾ ਆਨੰਦਪੁਰ ਸਾਹਿਬ ਵੱਲ ਜਾ ਰਿਹਾ ਸੀ। ਉਹਨਾਂ ਇੱਕ ਤਲਵਣ ਨਾਮੀ ਪਿੰਡ ਕੋਲੋਂ ਲੰਘਣਾ ਸੀ ਤਾਂ ਪਿੰਡ ਵਾਲੇ ਮੌਕੇ ਦੀ ਸਰਕਾਰ ਦੇ ਡਰ ਕਾਰਨ ਜੱਥੇ ਦੀ ਸੇਵਾ ਕਰਨ ਦਾ ਹੌਸਲਾ ਨਾ ਕਰ ਸਕੇ। ਪਰ ਇਸੇ ਪਿੰਡ ਦੀ ਇੱਕ ਦਲੇਰ ਨੌਜਵਾਨ ਅੰਮ੍ਰਿਤਧਾਰੀ ਬੀਬੀ ਦੀਪ ਕੌਰ ਨੇ ਸੂਰਮੇ ਬਹਾਦਰ ਸਿੰਘ ਵੀਰਾਂ ਨੂੰ ਪ੍ਰਸ਼ਾਦਾ ਛਕਾਉਣ ਦਾ ਫੈਸਲਾ ਇੰਜ ਕਰ ਲਿਆ। ਜਾਦਾ ਨਾ ਰੋਸ਼ ਕਰਨ ਲਈ
ਯਾਰ ਝੱਟ ਪਰ ਜਾਂਦਾ ਸ਼ੱਕ ਲੈਣ ਵੀਰ ਮੇਰੇ ਕੀਤਾ ਤਿਆਰ ਝੱਟ ਪਰ ਜਾਂਦਾ ਪ੍ਰਸ਼ਾਦੇ ਲੈ ਕੇ ਪਿੰਡੋਂ ਬਾਹਰ ਆ ਉਸ ਰਸਤੇ ਤੇ ਜਾ ਬੈਠੀ ਜਿੱਥੋਂ ਜੱਥਾ ਲੰਘਣਾ ਸੀ ਪਰ ਉੱਥੇ ਕੁਝ ਹੋਰ ਹੀ ਹੋ ਗਿਆ। ਸਿੰਘਾਂ ਦਾ ਜੱਥਾ ਪਹੁੰਚਣ ਤੋਂ ਪਹਿਲਾਂ ਇੱਕ ਮੁਗਲ ਸਰਕਾਰ ਦਾ ਫੌਜੀ ਦਸਤਾ ਆ ਪਹੁੰਚਿਆ। ਫੌਜਦਾਰ ਨੇ ਇਕੱਲੀ ਬੈਠੀ ਨੌਜਵਾਨ ਲੜਕੀ ਵੱਲ ਤੱਕਿਆ, ਦੰਗ ਰਹਿ ਗਿਆ। ਸਿੰਘਣੀ ਤੇ ਕੁਦਰਤੀ ਸੁੰਦਰਤਾ ਬੇਮਿਸਾਲ ਸੀ। ਉਸ ਅੜਬ ਜਿਹੇ ਫੌਜਦਾਰ ਨੇ ਪੁੱਛਿਆ, ਇਹ ਬੀਬੀ ਕੀ ਨਾਮ ਆ ਤੇਰਾ, ਕਿਹੜਾ ਪਿੰਡ ਆ, ਇੱਥੇ ਕਿਉਂ ਬੈਠੀਆਂ? ਸਿੰਘਣੀ ਤੇ ਫੌਜੀ ਅਫਸਰ ਦੇ ਸਵਾਲ ਜਵਾਬ ਹੁੰਦੇ ਨੇ, ਮਨਮੋਹਨ ਸਿੰਘ ਪਮਾਲ, ਜਗਦੇਵ ਸਿੰਘ ਗਹੌਰ, ਸਰੰਗੀ ਮਾਸਟਰ ਬਲਵਿੰਦਰ ਸਿੰਘ ਪਮਾਲ ਗਾ ਕੇ ਇੰਜ ਦੱਸਦੇ ਨੇ। ਕੀ
ਸੱਚੀਆਂ ਗੱਲਾਂ ਸੁਣ ਕੇ ਫੌਜਦਾਰ ਬੋਲਿਆ, ਜਾਪਦੀ ਗੱਲਾਂ ਤੋਂ ਵੱਡੀ ਚਤਰ ਅਕਲ ਦੀ ਕੀਤੀ ਨਾ ਸਿਫਤ ਜਾਵੇ ਸੁੰਦਰ ਸ਼ਕਲ ਦੀ। ਮੈਂ ਕੀ ਸਿਫਤਾਂ ਕਰਾਂ ਤੇਰੀਆਂ, ਪਰ ਤੂੰ ਫਿਰ ਸਿੱਖਾਂ ਦੀ ਗੱਲ ਕਰੀ ਜਾਨੀ ਆ। ਜਿਨ੍ਹਾਂ ਦੀ ਮੁਗਲ ਹਕੂਮਤ ਵੈਰੀ ਬਣੀ ਹੋਈ ਆ ਉਹਨਾਂ ਦਾ ਖਹਿੜਾ ਛੱਡ, ਮੈਂ ਤੇਰੇ ਤੇ ਜ਼ੁਲਮ ਨਹੀਂ ਕਰਨਾ ਚਾਹੁੰਦਾ, ਤੇਰੀ ਸੁੰਦਰਤਾ ਦਾ ਪੂਰਾ ਮੁੱਲ ਪਾਵਾਂਗਾ। ਤੂੰ ਛੱਡ ਸਿੱਖੀ ਤੇ ਮੁਸਲਮਾਨ ਬਣ ਜਾ, ਤੂੰ ਮੇਰੇ ਦਿਲ ਦੀ ਮਾਲਕ ਬਣਾ, ਮੈਂ ਸਾਰੀ ਉਮਰ ਤੇਰਾ ਗੁਲਾਮ ਰਹਾਂਗਾ। ਫੌਜੀ ਅਫਸਰ ਜਿਸ ਤਰ੍ਹਾਂ ਆਖਦਾ ਹੈ, ਰਿਸ਼ਪਾਲ ਸਿੰਘ ਪਮਾਲ ਦਾ ਢਾਡੀ ਜਥਾ, ਮਨਮੋਹਨ ਸਿੰਘ ਪਮਾਲ, ਜਗਦੇਵ ਸਿੰਘ ਗਹੌਰ, ਸਰੰਗੀ ਮਾਸਟਰ ਬਲਵਿੰਦਰ ਸਿੰਘ ਪਮਾਲ ਤੋਂ ਇੰਜ ਸੁਣੋ। ਗੁਲਾਮ ਤੇਰਾ ਤਾਬੇਦਾਰ ਜਾਣ ਲੈ ਮੇਰੇ ਮਹਿਲਾਂ ਦੇ ਵਿੱਚ ਚੱਲ ਮੌਜਾਂ।
ਨਹੀਂ ਹੰਡਾਉਂਦੀ। ਮੰਨ ਲੈ ਤੂੰ ਸ਼ਰਾਜ ਦੀਨ ਅਸਲਾਮ ਦੀ, ਮੰਨ ਲੈ ਤੂੰ ਸ਼ਰਾਜ ਦੀਨ ਅਸਲਾਮ ਦੀ। ਉੱਠ ਤੂੰ ਸਤਾਬੀ ਚੱਲ ਬੈਠੀ ਕੀ ਵਿਚਾਰਦੀ, ਕਹੇ ਬਲਵੰਤ ਇਹਨੂੰ ਮੌਤ ਵੱਜ ਮਾਰਦੀ। ਉੱਠ ਤੂੰ ਸਤਾਬੀ ਚੱਲ ਬੈਠੀ ਕੀ ਵਿਚਾਰਦੀ, ਕਹੇ ਬਲਵੰਤ ਇਹਨੂੰ ਮੌਤ ਵੱਜ ਮਾਰਦੀ। ਮਾੜੇ ਦਿਨ ਆਉਂਦੇ ਜਦੋਂ ਮਾੜੇ ਦਿਨ ਆਉਂਦੇ, ਮਾੜੇ ਦਿਨ ਆਉਂਦੇ ਜਦੋਂ ਮੱਤ ਮਾਰੀ ਜਾਂਦੀ। ਮੰਨ ਲੈ ਤੂੰ ਸ਼ਰਾਜ ਦੀਨ ਅਸਲਾਮ ਦੀ, ਮੰਨ ਲੈ ਤੂੰ ਸ਼ਰਾਜ ਦੀਨ ਅਸਲਾਮ ਦੀ, ਮੰਨ ਲੈ ਤੂੰ ਸ਼ਰਾਜ ਦੀਨ ਅਸਲਾਮ ਦੀ। ਵਾਹ ਵਾਹ ਗੁਰੂ ਗੋਬਿੰਦ ਸਿੰਘ ਸ਼ਾਨ ਤੇਰੀ, ਤੇਰੇ ਬਿਨਾਂ ਇਹ ਕਰਮ ਕਮਾਏ ਕਿਹੜਾ। ਦੁਨੀਆ ਰੰਗਲੀ ਜਾ ਰਹਾ ਮਤਲਬਾਂ ਦੀ, ਹੱਥੀ ਆਪਣੇ ਪੁੱਤ ਮਰਵਾਏ ਕਿਹੜਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਦੋਂ ਤੱਕ ਵੀ ਰਹਿਣਗੇ ਧਰਤੀ ਤੇ ਆਕਾਸ਼, ਬਾਜਾਂ ਵਾਲੇ ਗੁਰੂ ਦਾ ਕਾਇਮ ਰਹੂ ਇਤਿਹਾਸ। ਗੁਰੂ ਗੋਬਿੰਦ ਸਿੰਘ ਜੀ ਨੇ ਜਿੱਥੇ ਖਾਲਸੇ ਨੂੰ ਆਪਣਾ ਰੂਪ ਦਿੱਤਾ, ਨਾਲ ਚੇਤਾਵਨੀ ਦਿੱਤੀ, ਜਬ ਲੱਗ ਖਾਲਸਾ ਰਹੇ ਨਿਆਰਾ, ਤਬ ਲੱਗ ਤੇਜ ਦਿਉਂ ਮੈਂ ਸਾਰਾ। ਜਬ ਗਹਿ ਵਿਪਰਨ ਕੀ ਰੀਤ, ਮੈਂ ਨਾ ਕਰੂੰ ਇੰਨ ਕੀ ਪ੍ਰਤੀਤ। ਇੱਕ ਉਹ ਸਿੱਖ ਨੇ ਜੋ ਵਿਪਰਨ ਕੀ ਰੀਤ ਬਣਾ ਕੇ ਦੁਨਿਆਵੀ ਚੌਧਰਾਂ ਪਿੱਛੇ ਪੁੱਤਰਾਂ ਦੇ ਦਾਨੀ ਦੀ ਮਹਾਨ ਕੁਰਬਾਨੀ ਨੂੰ ਭੁਲਾ ਬੈਠੇ ਨੇ, ਤੇ ਇੱਕ ਉਹ ਸਿੱਖ ਨੇ ਜੋ ਗੁਰਮਤ ਦੇ ਅਸੂਲਾਂ ਤੇ ਡਟ ਕੇ ਸਿੱਖੀ ਸਿਧਾਂਤਾਂ ਤੇ ਪਹਿਰਾ ਦਿੰਦੇ ਹੋਏ ਬਾਜਾਂ ਵਾਲੇ ਮਾਹੀ ਦੇ ਪਰਵਕਾਰਾਂ ਨੂੰ ਯਾਦ ਕਰਕੇ ਜਿਸ ਤਰ੍ਹਾਂ ਆਖਦੇ ਨੇ ਰਿਸ਼ਪਾਲ ਸਿੰਘ ਪਮਾਲ ਦਾ ਢਾਡੀ ਜਥਾ ਜੋ ਸਰਬਜੀਤ ਸਿੰਘ ਮੰਗਲੀ ਵਾਲੇ ਦੀ ਕਲਮ ਨੇ ਲਿਖਿਆ, ਇੰਜ ਬਿਆਨ ਕਰਦਾ ਹੈ। Oh!
ਜ਼ਖਮੀ ਹੋਣ ਤੇ ਵੀ ਵੈਰੀ ਨਾਲ ਬਹਾਦਰਾਂ ਵਾਂਗ ਮੁਕਾਬਲਾ ਕਰਦੀ ਰਹੀ। ਇਸੇ ਥਾਂ ਸਿੰਘਾਂ ਦਾ ਜੱਥਾ ਵੀ ਪਹੁੰਚ ਗਿਆ ਤਾਂ ਦੁਸ਼ਮਣ ਦੇ ਜਿੰਦਾ ਬਚੇ ਸਿਪਾਹੀ ਪੱਤਰੇ ਵਾਚ ਗਏ। ਸਿੰਘਾਂ ਨੇ ਦੀਪ ਕੌਰ ਦੀ ਵੀਰਤਾ ਦੀ ਪ੍ਰਸ਼ੰਸਾ ਕੀਤੀ। ਸਿੰਘ ਵੀਰਾਂ ਨੇ ਬੀਬੀ ਦੀਪ ਕੌਰ ਦਾ ਤਿਆਰ ਕੀਤਾ ਪ੍ਰਸ਼ਾਦਾ ਛਕਿਆ ਅਤੇ ਭੈਣ ਦੀਪ ਕੌਰ ਨੂੰ ਆਪਣੇ ਨਾਲ ਅਨੰਦਪੁਰ ਸਾਹਿਬ ਨੂੰ ਲੈ ਚੱਲੇ। ਪੰਡ ਮਕਾਉਂਦੇ ਹੋਏ ਦਸਮੇਸ਼ ਪਿਤਾ ਦੇ ਦਰਬਾਰ ਵਿੱਚ ਪਹੁੰਚੇ। ਗੁਰੂ ਜੀ ਨੇ ਬੀਬੀ ਦੀਪ ਕੌਰ ਨੂੰ ਜਿਸ ਤਰ੍ਹਾਂ ਆਖਿਆ, ਰਿਸ਼ਪਾਲ ਸਿੰਘ ਪਮਾਲ ਦਾ ਢਾਡੀ ਜਥਾ, ਮਨਮੋਹਨ ਸਿੰਘ ਪਮਾਲ, ਜਗਦੇਵ ਸਿੰਘ ਹੋਰ, ਸਰੰਗੀ ਮਾਸਟਰ ਬਲਵਿੰਦਰ ਸਿੰਘ ਪਮਾਲ ਤੋਂ ਇੰਜ ਸੁਣੋ। ਸ਼ੇਰ ਦੀ ਬੱਚੀ ਡਰ ਤੇ ਨੰਡੇ ਵਾਲੀ ਤਾਰ ਤੇ ਲੱਗੀ, ਧਰ ਮੋਲਾ ਡੋਲੀ ਤੂੰ ਤਾਂ ਸ਼ੇਰ ਦੀ ਬੱਚੀ ਡਰ ਤੇ ਨੰਡੇ ਵਾਲੀ ਤਾਰ ਤੇ ਲੱਗੀ। ਸਾਲ ਮਾਲੀ ਬਣ ਗਈ ਤੂੰ ਕਾਲ ਬੱਚੀ ਏ ਵੀਰ ਤਾਂ ਦਿਖਾਈ ਤਾਂ ਕਮਾਲ ਬੱਚੀ ਏ।